ਨਿਊਜ਼ੀਲੈਂਡ ਦੀ ਘੱਟੋ ਘੱਟ ਤਨਖਾਹ ਵਿੱਚ ਸਭ ਤੋਂ ਤਾਜ਼ਾ ਵਾਧੇ ਨੇ ਫਿਰ ਤੋਂ ਘੱਟ ਤਨਖਾਹ ਵਾਲੀਆਂ ਨੌਕਰੀਆਂ ਤੇ ਰੋਸ਼ਨੀ ਪਾਈ ਹੈ ਅਤੇ ਇਹ ਵਿਸ਼ਵਾਸ ਸਾਬਿਤ ਕੀਤਾ ਹੈ ਕਿ ਘੱਟ ਤਨਖਾਹ ਉਹਨਾਂ ਕਾਮਿਆਂ ਲਈ ਸ਼ੁਰੂਆਤੀ ਬਿੰਦੂ ਹਨ ਜੋ ਛੇਤੀ ਹੀ ਉੱਚ ਤਨਖਾਹ ਵਾਲੇ ਰੁਜ਼ਗਾਰ ਦੇ ਵਿੱਚ ਤਬਦੀਲ ਹੋ ਜਾਂਦੇ ਹਨ ਪਰ ਸਾਡੀ ਖੋਜ ਨੇ ਪਾਇਆ ਹੈ ਕਿ ਸਥਿਤੀ ਇੰਨੀ ਵੀ ਸਿੱਧੀ ਨਹੀਂ ਹੈ ਨਿਊਜ਼ੀਲੈਂਡ ਦੇ ਬਜ਼ੁਰਗਾਂ ਲਈ ਘੱਟ ਤਨਖਾਹ ਵਾਲੇ ਕੰਮ ਤੋਂ ਬਾਹਰ ਨਿਕਲਣ ਦੇ ਸੰਭਵ ਵਿਕਲਪ ਕਾਫੀ ਸੀਮਿਤ ਹਨ ਅਸੀਂ ਖੋਜ ਕੀਤੀ ਹੈ ਕਿ ਘੱਟ ਤਨਖਾਹ ਵਾਲੇ ਕਰਮਚਾਰੀ ਆਸਾਨੀ ਨਾਲ ਬਿਹਤਰ ਭੁਗਤਾਨ ਵਾਲੇ ਮੌਕਿਆਂ ਵਿੱਚ ਤਬਦੀਲ ਹੋ ਸਕਦੇ ਹਨ ਅਸੀਂ ਇਸ ਗੱਲ ਦੀ ਜਾਂਚ ਕਰਨਾ ਚਾਹੁੰਦੇ ਹਨ ਕਿ ਕੀ ਘੱਟ ਤਨਖਾਹ ਇੱਕ ਲੌਕ ਇਨ ਪ੍ਰਭਾਵ ਪੈਦਾ ਕਰਦੀ ਹੈ ਜਾਂ ਕੀ ਨਿਊਜ਼ੀਲੈਂਡ ਵਿੱਚ ਕਾਮਿਆਂ ਕੋਲ ਤਨਖਾਹ ਦੀ ਪੌੜੀ ਉੱਤੇ ਚੜ੍ਹਨ ਲਈ ਕਾਫੀ ਗੁੰਜਾਇਸ਼ ਹੈ ਕਈ ਕਾਰਨਾਂ ਕਰਕੇ ਘੱਟ ਤਨਖਾਹ ਵਾਲੇ ਕਾਮਿਆਂ ਦੁਆਰਾ ਦਰਪੇਸ਼ ਲੇਬਰ ਮਾਰਕੀਟ ਦੀਆਂ ਗਤੀਸ਼ੀਲ ਨੂੰ ਸਮਝਣਾ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ ਇੱਕ ਕਰਮਚਾਰੀ ਦੀ ਕਮਾਈ ਪੱਧਰ ਮੌਜੂਦਾ ਲਾਗਤ ਤੇ ਜੀਵਨ ਸੰਕਟ ਕਾਰਨ ਹੋਣ ਵਾਲੇ ਪੇਨ ਦੀ ਡਿਗਰੀ ਨਾਲ ਮੇਲ ਖਾਂਦਾ ਹੈ ਘੱਟ ਤਨਖਾਹ ਕਮਾਉਣ ਵਾਲੇ ਵੱਧ ਆਮਦਨ ਵਾਲੇ ਲੋਕਾਂ ਨਾਲੋਂ ਵੱਧ ਪੇਨ ਮਹਿਸੂਸ ਕਰਦੇ ਹਨ ਇਸ ਤੋਂ ਇਲਾਵਾ ਲਗਾਤਾਰ ਸਮੇਂ ਲਈ ਘੱਟ ਤਨਖਾਹ ਤੇ ਰਹਿਣ ਵਾਲੇ ਲੋਕਾਂ ਦੀ ਵਿੱਤੀ ਲਚਕੀਲੇਪਨ ਅਤੇ ਅਚਾਨਕ ਖਰਚਿਆਂ ਦੀ ਰੇਨੀ ਡੇ ਦੇ ਫੰਡਾਂ ਦਾ ਪ੍ਰਬੰਧ ਕਰਨ ਲਈ ਉਹਨਾਂ ਦੀ ਯੋਗਤਾ ਤੇ ਨਕਾਰਾਤਮਕ ਤੌਰ ਤੇ ਪ੍ਰਭਾਵ ਪਾ ਸਕਦਾ ਹੈ 2020 ਵਿੱਚ OECD ਨੇ ਅੰਦਾਜ਼ਾ ਲਗਾਇਆ ਹੈ ਕਿ ਨਿਊਜ਼ੀਲੈਂਡ ਦੇ ਵਿੱਚ 10 ਵਿੱਚੋਂ ਇੱਕ ਕਾਮੇ ਨੂੰ ਘੱਟ ਤਨਖਾਹ ਵਜੋਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ ਇਹ ਅੰਕੜਾ ਦੂਜੇ ਦੇਸ਼ਾਂ ਜਿਵੇਂ ਕਿ UK ਅਤੇ US ਦੇ ਵਿੱਚ ਦੇਖੇ ਗਏ ਪੱਧਰਾਂ ਤੋਂ ਕਾਫੀ ਹੇਠਾਂ ਹੈ ਪਿਛਲੇ ਅਧਿਐਨਾਂ ਨੇ ਇੱਕ ਔਸਤ ਕਰਮਚਾਰੀ ਦੀ ਘੱਟ ਤਨਖਾਹ ਵਾਲੀ ਨੌਕਰੀ ਤੋਂ ਵੱਧ ਤਨਖਾਹ ਵਾਲੀ ਨੌਕਰੀ ਵਿੱਚ ਤਬਦੀਲੀ ਦੀਆਂ ਸੰਭਾਵਨਾ ਦਾ ਮੁਲਾਂਕਣ ਕੀਤਾ ਕੁਝ ਅਧਿਐਨਾਂ ਨੇ ਲੇਬਰ ਬਾਜ਼ਾਰ ਵਿੱਚ ਇੱਕ ਖਾਸ ਡਿਗਰੀ ਪਰਮੈਬਿਲਿਟੀ ਪਾਈ ਹੈ ਘੱਟ ਤਨਖਾਹ ਤੇ ਹੋਣਾ ਇੱਕ ਅਸਥਾਈ ਵਰਤਾਰਾ ਹੈ ਕਿਉਂਕਿ ਸਮੇਂ ਦੇ ਨਾਲ ਕਰਮਚਾਰੀ ਤਨਖਾਹ ਦੇ ਦਰਜੇ ਨੂੰ ਪ੍ਰਾਪਤ ਕਰ ਲੈਂਦੇ ਹਨ ਹਾਲਾਂਕਿ ਘੱਟ ਤਨਖਾਹ ਵਾਲੇ ਕਾਮਿਆਂ ਦੀ ਕਮਾਈ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਦੇ ਸਮੇਂ ਕੁਝ ਅਨੁਭਵੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਪਹਿਲੀ ਕਾਮਿਆਂ ਦੇ ਸਮਾਜਿਕ ਆਰਥਿਕ ਪਿਛੋਕੜ ਅਵਿਸ਼ਵਾਸ ਤੌਰ ਤੇ ਭਿੰਨ ਹੁੰਦੇ ਹਨ ਉਦਾਹਰਣ ਲਈ ਨੌਜਵਾਨ ਕਰਮਚਾਰੀ ਘੱਟ ਤਨਖਾਹ ਵਾਲੇ ਕੰਮ ਨਾਲ ਸ਼ੁਰੂ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ ਪਰ ਘੱਟ ਤਨਖਾਹ ਤੇ ਬਜ਼ੁਰਗ ਕਰਮਚਾਰੀਆਂ ਦੀ ਤੁਲਨਾ ਵਿੱਚ ਬਿਹਤਰ ਯੋਗਤਾ ਵੀ ਰੱਖਦੇ ਹਨ ਹੈਰਾਨੀ ਦੀ ਗੱਲ ਨਹੀਂ ਹੈ ਸਾਡੇ ਵਿਸ਼ਲੇਸ਼ਣ ਨੇ ਪਾਇਆ ਹੈ ਕਿ ਘੱਟ ਤਨਖਾਹ ਤੋਂ ਵੱਧ ਤਨਖਾਹ ਵਿੱਚ ਤਬਦੀਲੀ ਦੀ ਸੰਭਾਵਨਾ ਉਮਰ ਅਤੇ ਯੋਗਤਾ ਵਰਗੀਆਂ ਵਿਅਕਤੀਗਤ ਵਿਸ਼ੇਸ਼ਤਾਵਾਂ ਤੇ ਨਿਰਭਰ ਕਰਦੀ ਹੈ ਅਤੇ ਨਤੀਜੇ ਵੀ ਪੱਕੇ ਨਹੀਂ ਹੁੰਦੇ ਨੌਕਰੀ ਤੇ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇੰਪਲੋਇਰ ਨੂੰ ਬਦਲਣ ਨਾਲ ਕਮਾਈ ਦੀਆਂ ਸੰਭਾਵਨਾਵਾਂ ਦੇ ਵਿੱਚ ਵੀ ਸੁਧਾਰ ਹੋ ਸਕਦਾ ਹੈ ਵੀਰੋ ਰਿਪੋਰਟ ਐਂਜਲ ਪੰਜਾਬੀ ਨਿਊਜ਼